ਕੋਰੋਨਾ ਵਾਇਰਸ ਕਾਰਨ ਲਗਾਏ ਗਏ ਕਰਫਿਊ ਦੌਰਾਨ ਰਾਜਸੀ ਆਗੂਆਂ ਅਤੇ ਪ੍ਰਸ਼ਾਸਨ ਵੱਲੋਂ ਲੋੜਵੰਦ ਲੋਕਾਂ ਨੂੰ ਘਰ ਘਰ ਜਾ ਕੇ ਰਾਸ਼ਨ ਪਹੁੰਚਾਉਣ ਦੀਆਂ ਦੁਹਾਈਆਂ ਦਿੱਤੀਆਂ ਜਾ ਰਹੀਆਂ ਨੇ, ਪਰੰਤੂ ਦੂਜੇ ਪਾਸੇ ਹਲਕਾ ਚੱਬੇਵਾਲ ਅਧੀਨ ਆਉਂਦੇ ਪਿੰਡ ਪੀਲੋਵਾਲ ਅਤੇ ਕਾਲੀਆਂ ਦੇ ਵਸਨੀਕਾਂ ਨੇ ਸਰਕਾਰ 'ਤੇ ਵਰਦਿਆਂ ਹੋਇਆਂ ਕਿਹਾ ਕਿ ਸਰਕਾਰ ਵੱਲੋਂ ਉਹਨਾਂ ਨੂੰ ਕੇਵਲ ਦਾਣੇ ਹੀ ਮੁਹੱਈਆ ਕਰਵਾਏ ਗਏ ਨੇ ਅਤੇ ਇਸ ਤੋਂ ਇਲਾਵਾ ਹੋਰ ਕੋਈ ਵੀ ਰਾਸ਼ਨ ਸਮੱਗਰੀ ਨਹੀਂ ਦਿੱਤੀ ਗਈ, ਜਿਸ ਕਾਰਨ ਉਹਨਾਂ ਦੇ ਘਰ ਦਾ ਗੁਜ਼ਾਰਾ ਕਰਨਾ ਬੇਹੱਦ ਮੁਸ਼ਕਿਲ ਹੋਇਆ ਪਿਆ ਏ। ਗੱਲਬਾਤ ਦੌਰਾਨ ਪੀਲੋਵਾਲ ਦੇ ਪੰਚਾਇਤ ਮੈਂਬਰ ਨੇ ਦੱਸਿਆ ਕਿ ਉਹਨਾਂ ਵੱਲੋਂ 4 ਵਾਰ ਮੌਜੂਦਾ ਵਿਧਾਇਕ ਡਾਕਟਰ ਰਾਜਕੁਮਾਰ ਨੂੰ ਲਿਸਟ ਭੇਜੀ ਜਾ ਚੁੱਕੀ ਹੈ, ਪਰੰਤੂ ਬਾਵਜੂਦ ਇਸ ਦੇ ਹਾਲੇ ਤੱਕ ਉਹਨਾਂ ਵੱਲੋਂ ਪਿੰਡ ਵਾਸੀਆਂ ਦੀ ਕੋਈ ਵੀ ਸਾਰ ਨਹੀਂ ਲਈ ਗਈ। ਚੱਬੇਵਾਲ ਤੋਂ ਹੁਸ਼ਿਆਰਪੁਰ ਨਿਊਜ਼ ਦੇ ਨਾਲ ਵਿਜੇ ਕੁਮਾਰ ਅਤੇ ਰਾਮਕਿਸ਼ਨ ਦੀ ਰਿਪੋਰਟ। ਹਾਂਜੀ, ਮੇਰਾ ਨਾਮ ਪਾਲ ਸਿੰਘ ਆ, ਪਿੰਡ ਮੇਰਾ ਕਾਲੀਆਂ 15-20। ਸਾਨੂੰ ਸਰਕਾਰ ਨੇ ਸਿਰਫ ਦਾਣੇ ਦਿੱਤੇ ਆ ਕਣਕ ਦੇ, ਅਸੀਂ ਦਾਣੇ ਖਾ ਕੇ ਸਿਰਫ ਕਿ ਦਾਣੇ ਕੀ ਕਰੀਏ, ਲੂਣ ਨਾਲ ਰੋਟੀ ਖਾਈਏ, ਨਾ ਕੋਈ ਦਾਲ ਨਾ ਕੋਈ ਕੁਛ ਨਹੀਂ, ਸਾਨੂੰ ਸਰਕਾਰ ਨੂੰ ਕੋਈ ਸਹੂਲਤ ਨਹੀਂ ਹੈਗੀ। ਬੇਨਤੀ ਮੇਰੀ ਇਹ ਆ ਸਰਕਾਰ ਨੂੰ ਕਿ ਸਾਨੂੰ 20 ਦਿਨ ਹੋ ਗਏ ਆ ਵਿਹਲਿਆਂ ਬੈਠੇ ਨੂੰ, ਮਜ਼ਦੂਰੀ ਕਰਦੇ ਹਾਂ, ਮਜ਼ਦੂਰੀ ਵੀ ਸਾਡੀ ਬੰਦ ਹੋ ਚੁੱਕੀ ਆ, ਅਸੀਂ ਕੋਈ ਨਾ ਬਾਹਰ ਨਿਕਲ ਸਕਦੇ ਹਾਂ, ਘਰੇ ਬੈਠੇ ਹਾਂ, ਭੁੱਖੇ ਬੱਚੇ ਛੋਟੇ ਛੋਟੇ ਆ, ਇਹਨਾਂ ਦਾ ਹਾਲ ਕੀ ਆ। ਦਾਣੇ ਮਿਲੇ ਆ 4 ਬੋਰੇ ਸਾਨੂੰ, ਉਹ ਸਾਡੇ ਕੋਲ ਆ, ਅਸੀਂ ਉਹ ਖਾਈ ਜਾਂਦੇ ਹਾਂ, ਬਾਕੀ ਰਾਸ਼ਨ ਕਿੱਥੋਂ ਲਈਏ। ਸਿਲੰਡਰ ਸਾਡਾ ਖਤਮ ਹੋਇਆ, ਚੁੱਲ੍ਹਿਆਂ 'ਤੇ ਅਸੀਂ ਰੋਟੀ ਬਣਾਈ ਦੀ ਹੈ, ਕੋਈ ਸਹੂਲਤ ਨਹੀਂ ਸਾਨੂੰ ਤਾਂ ਮਿਲੀ ਹੈਗੀ। ਬੰਦਾ ਸਾਡੇ ਵੀ ਸਿਰ 'ਤੇ, ਨਿਆਣੇ ਸਾਰੇ ਘਰ ਬੈਠੇ ਆ, ਕੀ ਖਾਣਾ ਅਸੀਂ, ਪੈਸਾ ਸਾਡੇ ਕੋਲ ਨਹੀਂ, ਨਾ ਕੋਈ ਬੈਂਕ 'ਚ ਆ, ਨਾ ਕੋਈ ਉੱਦਾਂ ਕਾ ਮੋਦੀ ਵਾਲਾ ਸਿਲੰਡਰ ਮਿਲਿਆ ਆ, ਉਹ ਵੀ ਖਤਮ ਹੋਇਆ ਪਿਆ ਆ। ਆਇਆ ਪੈਸੇ ਹੋਣਗੇ ਤਾਂ ਅਸੀਂ ਭਰਾਵਾਂਗੇ, ਜਾਂ ਪੈਸੇ ਹੀ ਹੈ ਨੇ ਤਾਂ ਅਸੀਂ ਭਰਾਉਣਾ ਕਾਹਦਾ ਆ, ਖਾਲੀ ਪਿਆ ਆ, ਹੈ ਨਾ ਸਾਡੇ ਕੋਈ ਵੀ ਪੈਸਾ। ਸਾਨੂੰ ਸਰਕਾਰ ਵੱਲੋਂ ਕੋਈ ਮਦਦ ਨਹੀਂ ਪਹੁੰਚੀ, ਸਾਨੂੰ ਯਾਨੀ ਕਿ ਜਿੰਨੇ ਵੀ ਪਿੰਡ ਦੇ ਬੰਦੇ ਆ, ਯਾਨੀ ਕਿ ਸਾਡਾ ਸੋਚ ਰਹੇ ਆ, ਮਤਲਬ ਸਾਨੂੰ ਦਾਨ ਪੁੰਨ ਕਰ ਰਹੇ ਆ, ਇਸ ਟਾਈਮ ਅਸੀਂ ਸਾਡੇ ਹੱਥ ਖੜੇ ਆ, ਕਿਉਂਕਿ ਸਾਡੀ ਗੁਰੂ ਸਾਹਿਬ ਦੀਆਂ ਲੰਗਰ ਦੀਆਂ ਗੱਡੀਆਂ ਆ ਰਹੀਆਂ ਆ, ਅਤੇ ਸਾਨੂੰ ਲੰਗਰ ਸਵੇਰੇ ਸ਼ਾਮੀ ਪਵਾ ਲਈਦਾ, ਉਹਨਾਂ ਵਿੱਚ ਅਸੀਂ ਸਾਡੇ ਨਿਆਣੇ ਛੋਟੇ ਗੁਜ਼ਾਰਾ ਕਰਦੇ ਹਾਂ, ਅਤੇ ਅਸੀਂ ਆਪ ਵੀ ਗੁਜ਼ਾਰਾ ਕਰਦੇ ਹਾਂ। ਫਿਲਹਾਲ ਕਿ ਸਾਡੇ ਤੋਂ ਸਿਲੰਡਰ ਵੀ ਹੈ ਨੀਗਾ, ਮਤਲਬ ਸਿਲੰਡਰ ਤੁਹਾਨੂੰ ਪੈਸਾ ਤੱਕ ਵੀ ਹੈ ਨੀਗਾ, ਮਤਲਬ ਸਰਕਾਰ ਨੂੰ ਇਹ ਚਾਹੀਦਾ ਕਿ ਗਰੀਬਾਂ ਨੂੰ ਅਸੀਂ ਰਾਸ਼ਨ ਵਰਤਾਇਆ ਕਰੀਏ। ਸਾਨੂੰ ਹਾਲੇ ਸਰਕਾਰ ਨੂੰ ਕੁਛ ਨਹੀਂ ਮਿਲਿਆ ਹੈਗਾ, ਸਾਡੇ ਹੱਥ ਖੜ੍ਹੇ ਆ, ਯਾਨੀ ਕਿ ਅਸੀਂ ਬਾਲਣ ਲੈਣ ਵੀ ਜਾਂਦੇ ਹਾਂ, ਤਾਂ ਵੀ ਸਾਡੇ ਸਰਕਾਰ ਬਾਹਰ ਯਾਨੀ ਕਿ ਪੁਲਿਸ ਵਾਲੇ ਕੋਈ ਦੇਖਦਾ ਆ, ਸਾਡੇ ਡੰਡੇ ਮਾਰਦੇ ਆ, ਮਤਲਬ ਸਾਡੇ ਇਸ ਕਰਕੇ ਬਾਲੇ ਵੀ ਸਾਡੇ ਘਰ ਦੇ ਡਿੱਗਣੇ ਵਾਲੇ ਆ, ਯਾਨੀ ਕਿ ਅਸੀਂ ਬਹੁਤ ਔਖਾ ਟਾਈਮ ਗੁਜ਼ਾਰਾ ਕਰ ਰਹੇ ਹਾਂ ਇਸ ਟਾਈਮ। ਬਿੱਲ ਅਸੀਂ 1000 ਰੁਪਏ ਦਿੱਤਾ ਸਾਡਾ, ਯਾਨੀ ਕਿ 1660 ਰੁਪਈਏ ਖੜ੍ਹੇ ਆ, ਉਹ ਸਾਡੇ ਹੁਣ ਹੱਥ ਖੜ੍ਹੇ ਆ, ਸਰਕਾਰ ਨੂੰ ਚਾਹੀਦਾ ਕਿ ਕਿੱਦਾਂ ਇਹ ਯਾਨੀ ਕਿ ਗਰੀਬੀ ਦਾਅਵੇ ਨਾਲ ਕਰਨਾ ਚਾਹੀਦਾ। ਦੇਖੋ ਜੀ, ਆਪਾਂ ਪਿੰਡ ਦੇ ਪੰਚਾਇਤ ਮੈਂਬਰ ਹੋਣ ਦੇ ਨਾਤੇ ਅਸੀਂ ਇਹ ਪਿੰਡ ਦੇ ਵਿੱਚ ਦੇਖ ਰਹੇ ਹਾਂ ਵੀ ਜਿਹੜਾ ਮਾਹੌਲ ਇਹ ਕ੍ਰੀਏਟ ਹੋਇਆ ਹੈਗਾ ਪੰਜਾਬ ਦੇ ਵਿੱਚ, ਪੂਰੇ ਵਰਲਡ ਦੇ ਵਿੱਚ ਬਹੁਤ ਮਾੜਾ ਹੋਇਆ। ਇਹਦੇ ਵਿੱਚ ਜਿਹੜੀਆਂ ਆਮ ਲੋਕਾਂ ਨੂੰ ਪ੍ਰੋਬਲਮਾਂ ਆ ਰਹੀਆਂ, ਆਮ ਲੋਕਾਂ ਨੂੰ ਦਿੱਕਤਾਂ ਆ ਰਹੀਆਂ ਵੀ ਜਿਹੜਾ ਉਹ ਆਪਣਾ ਘਰ ਦਾ ਗੁਜ਼ਾਰਾ ਕਿੱਦਾਂ ਚਲਾਉਣ, ਜਾਂ ਆਪਣਾ ਜਿਹੜਾ ਬੱਚਿਆਂ ਦਾ ਪਾਲਣ ਪੋਸ਼ਣ ਬੜਾ ਔਖਾ ਹੋ ਗਿਆ ਹੈ, ਵੀ ਉਹਦਾ ਪ੍ਰਬੰਧ ਜਿਹੜਾ ਹੈ ਉਹ ਕਿੱਥੋਂ ਉਹ ਕਰਨ। ਉਹਦੇ ਵਿੱਚ ਜਿਹੜਾ ਗਰੀਬ ਘਰਾਂ ਨੂੰ ਰਾਸ਼ਨ ਮਿਲਣਾ ਚਾਹੀਦਾ ਸੀ, ਜਿਹੜੀ ਸਰਕਾਰ ਨੂੰ ਮਦਦ ਬਕਾਇਦਾ ਬਣਦੀ ਸੀ ਵੀ ਜਿਹੜਾ ਉਹਨਾਂ ਨੂੰ ਮੁਹੱਈਆ ਜਿਹੜਾ ਕਰਾਉਣਾ ਸੀਗਾ ਰਾਸ਼ਨ, ਉਹ ਹਜੇ ਤੱਕ ਜਿਹੜਾ ਸਰਕਾਰ ਹੈ ਉਹ ਬਿਲਕੁਲ ਨਹੀਂ ਕਰਾ ਸਕੀ। ਪੀਲੋਵਾਲ ਦੇ ਵਿੱਚੋਂ ਅਸੀਂ 4 ਵਾਰੀ ਸਰਕਾਰ ਨੂੰ ਲਿਸਟ ਬਣਾ ਕੇ ਮੌਜੂਦਾ ਵਿਧਾਇਕ ਨੂੰ ਭੇਜ ਚੁੱਕੇ ਹਾਂ, ਪਰ ਪੀਲੋਵਾਲ ਦੇ ਵਿੱਚ ਹਜੇ ਤੱਕ ਜਿਹੜਾ ਸਰਕਾਰ ਵੱਲੋਂ ਕੋਈ ਵੀ ਰਾਸ਼ਨ ਜਾਂ ਕਿਸੇ ਕਿਸਮ ਦੀ ਹੈਲਪ ਜਿਹੜੀ ਆ ਉਹ ਅਜੇ ਤੱਕ ਨਹੀਂ ਪਹੁੰਚੀ। ਔਰ ਜਿਹੜੇ ਇੱਥੇ ਦੇ ਲੋਕ ਹੈ, ਔਰ ਸਪੀਕਰਾਂ ਤੋਂ ਕਈ ਵਾਰੀ ਅਨਾਊਂਸਮੈਂਟਾਂ ਵੀ ਹੋ ਰਹੀਆਂ ਵੀ ਜਿਹੜੇ ਬਿਜਲੀਆਂ ਦੇ ਬਿੱਲ ਹੈ ਉਹ ਵੀ ਜਿਹੜੇ ਜਮ੍ਹਾਂ ਕਰਵਾ ਦਿੱਤੇ ਜਾਣ, ਪਰ ਜਮ੍ਹਾਂ ਜਿਹੜੇ ਬਿੱਲ ਹੈ ਉਹ ਕਿੱਥੋਂ ਕਰਵਾਏ ਜਾਣਗੇ? ਜੇ ਲੋਕ ਕੰਮਾਂ 'ਤੇ ਜਾਂਦੇ ਹੋਣਗੇ ਤਦੇ ਕਰਾਵਾਂਗੇ। ਸਰਕਾਰ ਨੂੰ ਅਸੀਂ ਇਹ ਵੀ ਬੇਨਤੀ ਕਰਦੇ ਹਾਂ ਵੀ ਜਿਹੜੇ
ਜਿਹੜੇ ਬਿਜਲੀ ਦੇ ਬਿੱਲ ਹੈ ਇਹਨਾਂ ਨੂੰ ਦੇ ਵਿੱਚ ਵੀ ਥੋੜ੍ਹੀ ਕਟੌਤੀ ਕੀਤੀ ਜਾਣੀ ਚਾਹੀਦੀ। ਜਿੱਦਾਂ ਆਹ ਘਰ ਦੇ ਵਿੱਚ ਅਸੀਂ ਖੜ੍ਹੇ ਹਾਂ ਜਗੀਰ ਸਿੰਘ ਉਹਨਾਂ ਦੇ, ਇਹਨਾਂ ਦੇ ਘਰ ਦੀ ਬੱਤੀ ਜਿਹੜੀ ਸੀ ਇੱਕ ਮਹੀਨੇ ਤੋਂ ਕੱਟੀ ਹੋਈ ਸੀਗੀ, ਇਹਨਾਂ ਦੀ ਕੁਛ ਹੈਲਪ ਕਰਕੇ SDO ਸਾਹਿਬ ਨਾਲ ਅਸੀਂ ਗੱਲ ਕਰਕੇ ਜਿਹੜੀ ਇਹਨਾਂ ਦੀ ਘਰ ਦੀ ਲਾਈਟ ਵਾ ਉਹ ਕੁਛ ਪੈਸੇ ਜਮ੍ਹਾਂ ਕਰਾ ਕੇ ਅੱਧਾ ਜਿਹੜਾ ਬਕਾਇਆ ਪਿਆ ਦੇਣ ਵਾਲਾ ਉਹ ਅਸੀਂ ਅੱਧੇ ਪੈਸੇ ਦੇ ਕੇ ਇਹਨਾਂ ਦੀ ਤਾਰ ਲਗਾਈ ਹੈ। ਜਿਹੜਾ ਅਗਲਾ ਬਿੱਲ ਹੈ ਉਹ ਫਿਰ ਖੜ੍ਹਾ ਹੈਗਾ, ਅੱਧਾ ਪਿਛਲਾ ਖੜ੍ਹਾ ਅਤੇ ਅੱਧਾ ਅਗਲਾ ਖੜ੍ਹਾ ਹੈਗਾ, ਪਰ ਜੇ ਕੰਮ ਨਹੀਂ ਕਰ ਰਹੇ ਤਾਂ ਉਹ ਅੱਗੇ ਬਿੱਲ ਕਿੱਦਾਂ ਦੇਣਗੇ। ਸਰਕਾਰ ਨੂੰ ਇਹਦੇ ਬਾਰੇ ਵੀ ਸੋਚਣ ਦੀ ਲੋੜ ਹੈ ਵੀ ਜਿਹੜੇ ਇਹਨਾਂ ਦੇ ਬਿੱਲਾਂ ਦੇ ਨੂੰ ਵੀ ਮਾਫ਼ ਕੀਤਾ ਜਾਵੇ। ਔਰ ਦੂਜੀ ਗੱਲ ਇਹ ਆ ਵੀ ਜਿਹੜੇ ਘਰ ਦੇ ਵਿੱਚ ਜਿਹੜਾ ਜਿਹੜਾ ਪਿੰਡ ਦੇ ਵਿੱਚ ਰਾਸ਼ਨ ਦਾ ਸਹਿਯੋਗ ਸਰਕਾਰਾਂ ਨੇ ਤਾਂ ਬਿਲਕੁਲ ਵੀ ਨਹੀਂ ਕੀਤਾ, ਔਰ ਜਿਹੜੇ ਪਿੰਡ ਦੇ ਸੂਝਵਾਨ ਵਿਅਕਤੀ ਔਰ NRI ਸਾਥੀ ਸਾਡੇ ਜਿਹੜੇ ਗਰੀਬਾਂ ਦੀ ਹੈਲਪ ਕਰਦੇ ਆ ਉਹਨਾਂ ਨੇ ਆਪਣੇ ਨੇਕ ਕਮਾਈ ਦੇ ਵਿੱਚੋਂ ਗਰੀਬਾਂ ਤੱਕ ਔਰ ਪੰਚਾਇਤ ਨੇ ਨਾਲ ਮਿਲ ਕੇ ਸਾਰਿਆਂ ਨੇ ਸਹਿਯੋਗ ਕੀਤਾ, ਔਰ ਸਰਕਾਰ ਵੱਲੋਂ ਇਹਦੇ ਵਿੱਚ ਕੋਈ ਵੀ ਹੈਲਪ ਹਜੇ ਤੱਕ ਜਿਹੜੀ ਹੈ ਨਹੀਂ ਮਿਲੀ, ਔਰ NRI ਵੀਰਾਂ ਦੇ ਸਹਿਯੋਗ ਦੇ ਨਾਲ ਪੰਚਾਇਤ ਦੇ ਸਹਿਯੋਗ ਦੇ ਨਾਲ ਅਸੀਂ ਜਿਹੜਾ ਪਿੰਡ ਦੇ ਵਿੱਚ ਰਾਸ਼ਨ ਮੁਹੱਈਆ ਕਰਾਇਆ। ਔਰ ਦੂਜੀ ਗੱਲ, ਜੇ ਰਾਸ਼ਨ ਅਸੀਂ ਮੁਹੱਈਆ ਕਰਵਾ ਵੀ ਰਹੇ ਮਦਦ ਕਰ ਰਹੇ, ਪਰ ਪੂਰੀ ਮਦਦ ਜਿਹੜੀ ਅਸੀਂ ਨਹੀਂ ਕਰ ਸਕਦੇ। ਜਿਹੜਾ ਉਹਦੇ ਵਿੱਚ ਜੇ ਅਸੀਂ ਰਾਸ਼ਨ ਦਿੰਦੇ ਹਾਂ ਪਰ ਪਕਾਉਣਾ ਤਾਂ ਉਹ ਗੈਸ 'ਤੇ ਹੀ ਹੁੰਦਾ, ਸਿਲੰਡਰ 'ਤੇ, ਬਾਹਰ ਅਸੀਂ ਜਾ ਨਹੀਂ ਸਕਦੇ, ਬਾਲਣ ਅਸੀਂ ਲੈ ਕੇ ਨਹੀਂ ਆ ਸਕਦੇ, ਪਰ ਜੇ ਸਿਲੰਡਰ ਸਾਡੇ ਘਰ ਦੇ ਵਿੱਚ ਮੁੱਕ ਜਾਂਦਾ ਤਾਂ ਸਿਲੰਡਰ ਦਾ ਪ੍ਰਬੰਧ ਕਿੱਥੋਂ ਹੋਏਗਾ। ਔਰ ਸਰਕਾਰ ਨੇ ਸੈਂਟਰ ਸਰਕਾਰ ਦੀ ਇਹ ਜਿਹੜੀ ਪੋਲਿਸੀ ਆ ਜਿਹੜਾ ਉਹਨਾਂ ਨੇ ਸਿਲੰਡਰ ਫਰੀ ਦੇ ਲਈ ਇੱਕ ਸਕੀਮ ਕੱਢੀ ਹੈਗੀ ਆ ਵੀ ਘਰ ਘਰ ਜਿਹੜਾ ਸਿਲੰਡਰ ਮਿਲੇਗਾ। ਸਰਕਾਰ ਸਿਲੰਡਰ ਦੇ ਤਾਂ ਰਹੀ ਹੈ ਪਰ ਉਹਦੇ ਪੈਸੇ ਪਹਿਲਾਂ ਲੈ ਰਹੀ ਆ, ਕਹਿੰਦੀ ਉਹ ਪੈਸੇ ਜਿਹੜੇ ਬਾਅਦ 'ਚ ਦੇਵਾਂਗੇ। ਪਰ ਸਰਕਾਰ ਨੂੰ ਇਹ ਚੀਜ਼ ਸੋਚਣੀ ਚਾਹੀਦੀ ਵੀ ਲੋਕਾਂ ਕੋਲ ਜੇ ਪੈਸੇ ਹੋਣਗੇ ਤਾਂ ਉਹ ਆਪਣੇ ਕੋਲ ਪਹਿਲਾਂ ਹੀ ਸਿਲੰਡਰ ਭਰਾ ਸਕਦੇ। ਜੇ ਸਰਕਾਰ ਨੇ ਪੈਸੇ ਲੈ ਕੇ ਬਾਅਦ 'ਚ ਅਕਾਊਂਟਾਂ 'ਚ ਪਾਉਣੇ ਆ ਫਿਰ ਇਹ ਜਿਹੜੀ ਗੱਲ ਹੈ ਥੋੜ੍ਹੀ ਜੱਚਦੀ ਨਹੀਂ ਹੈਗੀ ਔਰ ਚੰਗੀ ਵੀ ਨਹੀਂ ਲੱਗਦੀ ਵੀ ਜੇ ਪੈਸੇ ਲੋਕਾਂ ਕੋਲ ਹੁੰਦੇ ਤਾਂ ਫਿਰ ਉਹਨਾਂ ਲਈ ਫਰੀ ਕਰਨ ਦੀ ਵੀ ਕੀ ਲੋੜ ਸੀ, ਉਹਨਾਂ ਨੇ ਤੁਹਾਨੂੰ ਜਿਹੜੇ ਪੈਸੇ ਪਹਿਲਾਂ ਦੇਣੇ ਆ। ਸੋ ਇਸ ਕਰਕੇ ਬੇਨਤੀ ਹੈ ਜਿਹੜੇ ਸਿਲੰਡਰ ਹੈ ਉਹ ਵੀ ਬਿਨਾਂ ਪੈਸਿਆਂ ਤੋਂ ਗਰੀਬਾਂ ਨੂੰ ਜਿਹੜਾ ਦੀਆਂ ਜਿਨ੍ਹਾਂ ਨੂੰ ਲੋੜਵੰਦ ਹੈਗੇ ਉਹਨਾਂ ਨੂੰ ਮਿਲਣੀਆਂ ਚਾਹੀਦੀਆਂ। ਔਰ ਉਹ ਵੀ ਜਿਹੜੀ ਸੈਂਟਰ ਸਰਕਾਰ ਦੀ ਜਿਹੜੀ ਸਕੀਮ ਹੈ ਪੋਲਿਸੀ ਇਹ ਵੀ ਫੇਲ ਹੁੰਦੀ ਦਿਸ ਰਹੀ ਹੈ, ਲੋਕਾਂ ਤੱਕ ਜਿਹੜੀ ਸਹੂਲਤ ਹੈ ਵੀ ਪ੍ਰੋਪਰ ਨਹੀਂ ਪਹੁੰਚ ਰਹੀ।